ਕਾਫੀ ਦੇਰ ਤੋਂ ਚੱਲ ਰਿਹਾ ਮਸਲਾ ਪਿੰਡ ਬ੍ਰਾਹਮਣ ਵਾਲਾ ਖੇਤਾਂ 'ਚ ਕੰਮ ਕਰਦੇ ਕਿਸਾਨ ਸੁਰਜੀਤ ਸਿੰਘ ਉੱਪਰ ਕੁਛ ਮੋਟਰਸਾਈਕਲ ਸਵਾਰ ਨੌਜਵਾਨਾਂ ਵੱਲੋਂ ਗੋਲੀਆਂ ਚਲਾ ਕੇ ਉਸ ਨੂੰ ਜ਼ਖਮੀ ਕਰ ਦਿੱਤਾ ਸੀ। ਪਰ ਇੱਕ ਮਹੀਨੇ ਬੀਤ ਜਾਣ ਮਗਰੋਂ ਪੁਲਿਸ ਨੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ। ਇਸ ਮਾਮਲੇ ਸੰਬੰਧੀ ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀ ਜਲਦੀ ਹੀ ਕਾਬੂ ਕਰ ਲਏ ਜਾਣਗੇ। ਸੁਰਜੀਤ ਸਿੰਘ ਜੀ, ਮੈਂ ਖੇਤਾਂ ਕੰਮ ਕਰ ਰਿਹਾ ਹਾਂ ਅਤੇ ਤਿੰਨ ਜਣੇ ਆਏ ਆ, ਦੋ ਜਣੇ ਮੇਰੇ ਬੇਟੇ ਦੇ ਗਲ ਪੈ ਗਿਆ, ਇੱਕ ਨੇ ਮੇਰੇ ਗੋਲੀਆਂ ਮਾਰਨੀ ਸ਼ੁਰੂ ਕੀਤੀ, ਮੈਂ ਆਪਦੇ ਬੱਚੇ ਨੂੰ ਬਚਾਉਣ ਲੱਗਾ ਅਤੇ ਮੈਂ ਦੂਜੀ ਗੋਲੀ ਵੀ ਮੇਰੇ ਮਾਰਤੀ। ਤੁਹਾਨੂੰ ਦੋ ਗੋਲੀਆਂ ਲੱਗੀਆਂ? ਦੋ ਗੋਲੀਆਂ ਮੈਨੂੰ ਲੱਗੀਆਂ ਜੀ। ਅਤੇ ਤੁਸੀਂ ਹੁਣ ਕੀ ਮੰਗ ਕਰਦੇ? ਮੈਂ ਕਹਿੰਦਾ ਮੇਰੇ ਪ੍ਰਸ਼ਾਸਨ ਨੂੰ ਮੰਗ ਪਾ ਰਹੇ, ਇਹਨੇ ਬੰਦੇ ਫੜੇ ਜਾਣ ਅਤੇ ਇਹਨੇ ਸਜ਼ਾ ਹੋਵੇ ਇਹਨਾਂ ਨੂੰ। ਕਿੰਨੇ ਚਿਰ ਹੋ ਗਿਆ ਵਾਰਦਾਤ? ਮੈਨੂੰ ਇੱਕ ਮਹੀਨੇ ਮਹੀਨਾ ਹੋ ਚੱਲਿਆ ਜੀ, ਤਿੰਨ ਤਰੀਕ ਦੀ ਵਾਰਦਾਤ ਹੈ। ਅਤੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ? ਪੁਲਿਸ ਨੇ ਮਾਮਲਾ ਦਰਜ ਕਰ ਲਿਆ, ਫੜਦੇ ਨਹੀਂ ਕੋਈ ਵੀ। ਨਾਂ ਕਰਨਵੀਰ ਸਿੰਘ ਸਾਨੋ, ਸੁਰਜੀਤ ਸਿੰਘ ਸਰ, ਦਿਲਜਾਨ ਸਿੰਘ ਜਾਨੂ ਵਾਸੀ ਰਾਏ ਕੇ ਬੁਰਜ, ਇਹਨਾਂ ਗੋਲੀਆਂ ਚਲਾਈਆਂ। ਇੱਕ ਮੁੰਡਾ ਜਗਪ੍ਰੀਤ ਸਿੰਘ ਜੱਗਾ ਉੱਬੋ ਗਏ, ਇਹ ਦੋ ਬੰਦੇ ਨਾਲ ਗੋਲੀਆਂ ਚਲਾਈਆਂ ਆਪਣੀ ਪੈਲੀ ਦੇ ਵਿੱਚ ਆ ਗਏ ਅਤੇ ਇਹਨਾਂ ਨੂੰ ਚਲਾਈਆਂ। ਕਹਿੰਦੇ ਤੇ ਗੋਲੀਆਂ ਮੇਰੇ ਫਾਦਰ ਸਾਹਿਬ ਦੇ, ਸੁਰਜੀਤ ਸਿੰਘ ਦੇ, ਅਤੇ ਇਹਨਾਂ ਨੂੰ ਜਲਦ ਤੋਂ ਜਲਦ ਅਰੈਸਟ ਕੀਤਾ ਜਾਵੇ, ਵਾਰ ਵਾਰ ਧਮਕੀਆਂ ਦੇ ਰਿਹਾ ਅਤੇ ਇਹਨਾਂ ਨੂੰ ਅਰੈਸਟ ਕੀਤਾ ਜਾਵੇ। ਪੁਲਿਸ ਨੇ ਮਾਮਲਾ ਦਰਜ ਕੀਤਾ? ਪੁਲਿਸ ਨੇ ਮਾਮਲਾ ਦਰਜ ਕੀਤਾ, ਪਹਿਲਾਂ ਅਖਬਾਰ ਦੇ ਵਿੱਚ ਖਬਰ ਦੇ ਦਿੱਤੀ ਵੀ ਦੋ ਬੰਦੇ ਕਾਬੂ ਆ, ਫਿਰ ਉਹ ਆਪਣੀ ਸ਼ਰਤੇ ਜਾਂ ਛਡਾ ਲਏ ਆ, ਇਹ ਆਪਣੀ ਸਿਆਸੀ ਦਬਾਅ ਕਰਕੇ ਕੋਈ ਬੰਦੇ ਨਾਲ ਫੜੇ ਜਾਂ ਛੱਡੇ ਇਹਨਾਂ, ਪੁਲਿਸ ਨੂੰ ਪਤਾ ਇਹ, ਅਸੀਂ ਆਪਦੀ ਕਾਰਵਾਈ ਦੀ ਮੰਗ ਕਰਦੇ ਹਾਂ, ਇਹ ਬੰਦੇ ਛੇਤੀ ਛੇਤੀ ਅਰੈਸਟ ਹੋਣਾ ਚਾਹੀਦੇ। ਠੀਕ, ਤੁਹਾਨੂੰ ਅੱਗੋਂ ਖਤਰਾ ਇਹਨਾਂ ਕੋਲ? ਹਾਂਜੀ ਖਤਰਾ ਜੀ, ਉਹ ਉੱਧਰ ਸੈੱਟ ਕਰਦੇ ਵਾਰ ਵਾਰ ਧਮਕੀਆਂ ਦੇ ਰਿਹਾ ਵੀ ਤੂੰ ਖੇਤ ਇਕੱਲੇ ਨਾ ਜਾਓ, ਸਾਰੇ ਫਸਲ ਖਰਾਬ ਹੋ ਰਿਹਾ ਖੇਤ ਬਾਹਰ, ਅਤੇ ਗੇੜੇ ਲਾਉਂਦੇ 15-15, 20 ਮੋਟਰਸਾਈਕਲ। ਅਸੀਂ ਐਸ ਐਸ ਆਹ ਨੂੰ ਵੀ ਆਖਿਆ 2-3 ਵਾਰ, ਤੁਹਾਡੀ ਕੋਈ ਸੁਣਵਾਈ ਨਹੀਂ ਹੋ ਰਹੀ। ਅਤੇ ਕੋਈ ਇੱਥੇ ਜਿਹੜਾ ਲੋਕਲ ਪ੍ਰਸ਼ਾਸਨ, ਪੁਲਿਸ ਪ੍ਰਸ਼ਾਸਨ ਕੀ ਕਹਿੰਦਾ ਤੁਹਾਨੂੰ? ਉਹ ਕਹਿੰਦੇ ਜੀ ਛਾਪੇਮਾਰੀ ਹੋ ਰਹੀ ਆ, ਕਾਰਵਾਈ ਕਰ ਰਹੇ ਹਾਂ, ਪਰ ਉਹ ਮੁੰਡੇ ਸ਼ਰਿਆਮ ਤੁਰੇ ਫਿਰਦੇ, ਉਹਨਾਂ ਦਾ ਕੋਈ ਅਸਰ ਨਹੀਂ ਹੁੰਦਾ। ਗੋਲੀ ਚੱਲੀ ਸੀ ਇੱਥੇ ਬਾਹਮਣੀ ਵਾਲੇ ਪਿੰਡ ਦੇ ਵਿੱਚ ਅਤੇ ਇੱਕ ਬੰਦੇ ਨੂੰ ਦੋ ਗੋਲੀਆਂ ਲੱਗੀਆਂ ਸੀਗੀਆਂ, ਉਹਦੇ ਵਿੱਚ ਪੁਲਿਸ ਨੇ ਮਾਮਲਾ ਤਾਂ ਦਰਜ ਕਰ ਲਿਆ ਪਰ ਦੋਸ਼ੀਆਂ ਦੀ ਗ੍ਰਿਫਤਾਰੀ ਨਹੀਂ ਹੋ ਰਹੀ। ਕੀ ਇਹ ਮਾਮਲਾ ਸਰ, ਕੀ ਕਾਰਵਾਈ ਕੀਤੀ ਜਾ ਰਹੀ ਹੈ? ਇਹ ਥਾਣਾ ਸਿਟੀ ਪੱਟੀ ਦੇ ਵਿੱਚ ਮੁਕੱਦਮਾ ਦਰਜ ਹੋਇਆ, ਜਿਹੜੀ ਡਿਵੀਜ਼ਨ ਇੰਸਪੈਕਟਰ ਅਜੇ ਕੁਮਾਰ ਐਸ ਐਚ ਓ ਸਿਟੀ ਪੱਟੀ ਕਰ ਰਿਹਾ ਅਤੇ ਉਹਦੇ ਸੰਬੰਧ 'ਚ ਮੈਨੂੰ ਦੱਸਿਆ ਸੀ ਉਹਨਾਂ ਨੇ ਵੀ ਅਸੀਂ ਰੇਡ ਕੀਤੀ ਹੈ ਘਰ ਦੇ ਵਿੱਚ, ਉਹਨਾਂ ਦੀ ਮਦਰ ਸੀ ਅਤੇ ਉਹ ਲੜਕਾ ਹੁੰਦਾ, ਹੁਣ ਮਦਰ ਵੀ ਉਹਦੀ ਘਰ ਛੱਡ ਕੇ ਉੱਥੋਂ ਚਲੇ ਗਈ, ਇਸ ਵੇਲੇ ਉਹਨਾਂ ਦੇ ਘਰ ਦੇ ਵਿੱਚ ਲੋਕ ਲੱਗੇ ਹੋਏ ਅਤੇ ਕੋਈ ਵੀ ਬੰਦਾ ਉੱਥੇ ਵੇਲ ਨਹੀਂ ਹੈ। ਸਰ ਪਤਾ ਲੱਗਾ ਕਿ ਪੁਲਿਸ ਨੇ ਦੋ ਬੰਦੇ ਫੜੇ ਵੀ ਸੀਗੇ, ਅਖਬਾਰਾਂ 'ਚ ਖਬਰਾਂ ਵੀ ਲੱਗਿਆ ਸੀਗਾ, ਤਾਂ ਉਹਦੇ ਬਾਵਜੂਦ ਵੀ ਨਹੀਂ ਇਹਦੇ ਸੰਬੰਧ 'ਚ ਕੋਈ ਬੰਦਾ ਨਹੀਂ ਖੜਿਆ? ਪੁੱਛ ਕਿਸ ਲਈ? ਵੈਸੇ ਕੋਈ ਬੁਲਾਏ ਹੋਣਗੇ ਤਾਂ ਬੁਲਾਏ ਹੋਣਗੇ, ਪਰ ਇਹਦੇ ਵਿੱਚ ਕੋਈ ਬੰਦਾ ਜਿਹੜੇ ਉਹਨਾਂ ਦੇ ਸ਼ੱਕ ਸੀ ਜਿਨ੍ਹਾਂ ਦੇ, ਉਹ ਪੁੱਛ ਕਿਸ ਲਈ ਬੁਲਾਇਆ ਸੀ, ਪਰ ਉਹਦੇ ਵਿੱਚੋਂ ਬੇਗੁਨਾਹ ਨਿਕਲੇ ਸੀ। ਸਰ ਜਿਹੜੀ ਪੀੜਤ ਧੇਰਿਆ ਉਹਨਾਂ ਨਾਲ ਕੱਲ੍ਹ ਪ੍ਰੈਸ ਕਾਨਫਰੰਸ ਕਰਕੇ ਫੋਟੋਆਂ ਜਨਤਕ ਕੀਤੀਆਂ ਨੇ ਦੋਸ਼ੀਆਂ ਦੀਆਂ ਕਿ ਦੋਸ਼ੀ ਜਿਹੜੇ ਨੇਗੇ ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਜਿਹੜੇ ਪ੍ਰਧਾਨਗੀ ਲਈ ਚੁਣੇ ਗਏ ਆ, ਉਹਨਾਂ ਦੀ ਚੋਣ ਹੋ ਰਹੀ ਆ, ਸਾਰੇ ਆਗੂ ਅਤੇ ਜਿਹੜੇ ਕਾਲਜ ਦੇ ਨੌਜਵਾਨ ਉਹਨਾਂ ਦੀ ਚੋਣ ਕਰ ਰਹੇ ਨੇ, ਅਤੇ ਪਰ ਪੁਲਿਸ ਨੂੰ ਉਹਨੇ ਮਿਲਦੇ ਰਹੇ, ਸਾਨੂੰ ਉਹ ਧਮਕੀਆਂ ਦੇ ਰਹੇ ਆਉਂਦੇ। ਉਹ ਮੈਂ ਜੇ ਕੋਈ ਇਹੋ ਜਿਹੀ ਆਈ ਹੈ ਤਾਂ ਫਿਰ ਮੈਂ ਉਹ ਚੈੱਕ ਕਰ ਲੂੰਗਾ, ਐਸ ਐਚ ਓ ਨੂੰ ਮੈਂ ਭੇਜ ਦਿੰਦਾ, ਜੇ ਆਈ ਹੈ ਤਾਂ ਉਹਨੂੰ ਆਪਾਂ ਅਰੈਸਟ ਕਰ ਲਾਂਗੇ। ਅਸੀਂ ਤਾਂ ਉਹਨੂੰ ਭਾਲ ਰਹੇ ਘਰ ਦੇ ਵਿੱਚ, ਰੋਜ਼ ਡੇਲੀ ਰੇਡ ਕਰਾਉਣੇ ਸੀ। ਪਰ ਉਹ ਕਹਿੰਦੇ ਕੋਈ ਸਿਆਸੀ ਦਬਾਅ ਕਰਕੇ ਜਿਹੜਾ ਪੁਲਿਸ, ਸਿਆਸੀ ਦਬਾਅ ਸਰ ਕੋਈ ਇਹੋ ਜਿਹੀ ਗੱਲ ਨਹੀਂ ਹੈਗੀ, ਸਾਡੇ ਸਾਹਮਣੇ ਨਹੀਂ ਆਇਆ, ਜੇ ਕੋਈ ਇਹੋ ਜਿਹੀ ਗੱਲ ਹੋਈ ਤਾਂ ਸਿਆਸੀ ਦਬਾਅ ਤਾਂ ਉਹ ਵੀ ਕਹਿ ਰਹੇ ਨੇ ਵੀ ਇਹਨਾਂ ਨੂੰ ਫੜੋ, ਇਹਨਾਂ ਦੇ ਜਿਹੜੇ ਬੰਦੇ ਨੂੰ ਉਹਨਾਂ ਨੇ ਵਾਰਦਾਤ ਕੀਤੀ ਫੜੋ, ਉਦੋਂ ਪੋਲੀਟੀਕਲ ਜਿਹੜਾ ਉਹ ਵੀ ਨਹੀਂ ਕਹਿ ਰਹੇ, ਐਮਐਲਏ ਸਾਹਿਬ ਨੇ ਵੀ ਕਿਹਾ ਵੀ ਫੜੋ, ਮੈਨੂੰ ਬਹੁਤ ਫੋਨ ਆਇਆ ਵੀ ਬੰਦਾ ਜਲਦੀ ਤੋਂ ਜਲਦੀ ਅਰੈਸਟ ਕਰੋ। ਕਿੰਨੇ ਬੰਦੇ ਨਾਮਜ਼ਦ ਕੀਤੇ ਗਏ ਇਸ ਮਾਮਲੇ? ਇਹਦੇ ਵਿੱਚ ਇੱਕ ਬੰਦਾ ਤਾਂ 22 ਨੇ, ਦੋ ਬੰਦੇ 22 ਨੇਮ ਆਏ ਨੇ ਅਤੇ ਉਹਨਾਂ ਦੀ ਪੁੱਛਗਿੱਛ ਤਾਂ ਅੱਗੇ ਪਤਾ ਲੱਗੇਗਾ ਵੀ ਹੋਰ ਉਹਨਾਂ ਦੇ ਨਾਲ ਕੌਣ ਸੀ। ਵਜ੍ਹਾ ਰੰਜਿਸ਼ ਕੀ ਹੈ ਇਸ ਗੋਲੀ ਚਲਾਉਣ ਦੀ? ਵਜ੍ਹਾ ਰੰਜਿਸ਼ ਤਾਂ ਉਹਨਾਂ ਦਾ ਕੋਈ ਪਰਿਵਾਰਕ ਡਿਸਪਿਊਟ ਹੈ ਜਿਹੜਾ ਮਤਲਬ ਨਹੀਂ ਕਰਨਾ ਚਾਹੀਦਾ, ਇਨਵੈਸਟੀਗੇਸ਼ਨ ਦਾ ਇੱਕ ਪਾਰਟ ਹੈ ਅਤੇ ਉਹਨਾਂ ਦੇ ਨਾਲ ਕੋਈ ਪਰਿਵਾਰਕ ਡਿਸਪਿਊਟ ਹੈ ਜਿਹੜਾ ਮਤਲਬ ਹਰ ਤਰਨ ਤੋਂ ਰਿੰਬਲ ਗੋਲਨ ਦੀ ਰਿਪੋਰਟ, ਲਾਈਵ ਭਾਰਤ।